ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ ਤਾਂ ਅਧਿਆਪਕ ਮੋਰਚੇ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ। ਭਰਤੀਆਂ ਜਿਹੜੀਆਂ ਨੇ 3704-392-3582-8-4-6-35-43-64 ਦੀ ਖਬਰ ਲੈ ਕੇ ਸਰਕਾਰ ਨੇ ਲਿਆ ਹੈ ਹੁਣ ਵੱਡਾ ਫੈਸਲਾ, ਅਤੇ ਜਿਹੜੀਆਂ ਬਾਕੀ ਆਪਣੀ ਜਥੇਬੰਦੀਆਂ ਨੇ ਉਹ ਵੀ ਇਹਨਾਂ ਤੋਂ ਕਾਪੀ ਕਰ ਲੈਣ ਜਾਂ ਇਹਨਾਂ ਦਾ ਸੁਝਾਅ ਮੰਨ ਲੈਣ ਤਾਂ ਸ਼ਾਇਦ ਹੱਲ ਹੋ ਸਕਦੇ ਨੇ। ਆਓ ਤੁਹਾਨੂੰ ਹੁਣ ਪੂਰੀ ਖਬਰ ਬਾਰੇ ਦੱਸਦੇ ਹਾਂ। ਇਸ ਤੋਂ ਪਹਿਲਾਂ ਦੋਸਤੋ, ਜੇਕਰ ਤੁਸੀਂ ਚੈਨਲ 'ਤੇ ਅੱਜ ਪਹਿਲੀ ਵਾਰੀ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਥੱਲੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ, ਅਤੇ ਆਪਣੇ ਚੈਨਲ ਜਿਹੜੇ ਨੇ ਵਟਸਐਪ ਔਰ ਟੈਲੀਗ੍ਰਾਮ ਵਾਲੇ ਉਹਨਾਂ ਨੂੰ ਵੀ ਜ਼ਰੂਰ ਜੁਆਇਨ ਕਰਨਾ, ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਤਾਂ ਦੇਖੋ ਜੀ, ਲੰਬੀ ਉਡੀਕ ਤੋਂ ਬਾਅਦ 24 ਅਗਸਤ ਦੇਰ ਸ਼ਾਮ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਨੂੰ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਵਿੱਚ ਵੱਖ ਵੱਖ ਸਮੇਂ 'ਤੇ ਹੋਈਆਂ ਭਰਤੀਆਂ ਜਿਵੇਂ ਕਿ 3704 ਮਾਸਟਰ ਕੇਡਰ, 2392 ਮਾਸਟਰ ਕੇਡਰ, 873 DPI, 63 DPE, 3582 ਮਾਸਟਰ ਕੇਡਰ, 180 ETT, 41 ਕਾਰਡ ਮਾਸਟਰ ਕੇਡਰ, ਸਪੈਸ਼ਲ ਕੈਟਾਗਰੀ ਅਧਿਆਪਕ ਵਰਗ 'ਚੋਂ ਬਦਲੀਆਂ ਦੇ 54 ਅਧਿਆਪਕਾਂ ਲਈ ਪਹਿਲੇ ਗੇੜ ਜ਼ਿਲ੍ਹੇ ਦੇ ਅੰਦਰ ਲਈ ਸਟੇਸ਼ਨ ਚੋਣ ਲਈ ਆਪਸ਼ਨ ਖੋਲ੍ਹੀ ਗਈ, ਪਰ ਇਸ ਆਪਸ਼ਨ ਦੇ ਖੁੱਲਦਿਆਂ ਹੀ ਬਦਲਦਿਆਂ ਦੀ ਆਸ ਵਿੱਚ ਬੈਠੇ ਵੱਖ ਵੱਖ ਕੈਟਾਗਰੀ ਦੇ ਅਧਿਆਪਕਾਂ ਦੀ ਭਾਰੀ ਨਿਰਾਸ਼ਾ ਅਤੇ ਬੇਚੈਨੀ ਦਾ ਆਲਮ ਪੈਦਾ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਵਰਨਮੈਂਟ ਟੀਚਰ ਯੂਨੀਅਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਜਦੋਂ ਬਦਲੀਆਂ ਲਈ ਸਟੇਸ਼ਨ ਚੋਣ ਪੋਰਟਲ ਖੁੱਲ੍ਹਿਆ ਤਾਂ ਹਜ਼ਾਰਾਂ ਅਧਿਆਪਕਾਂ ਨੂੰ ਡਾਟਾ ਮਿਸਮੈਚ, ਸਰਵਿਸ ਹਿਸਟਰੀ ਮਿਸਮੈਚ, ਰਿਜ਼ਲਟ ਮਿਸਮੈਚ ਆਦਿ ਇਤਰਾਜ਼ ਲਾ ਕੇ ਬਦਲਿਆਂ ਤੋਂ ਯੋਗ ਠਹਿਰਾ ਦਿੱਤਾ ਗਿਆ। ਉਹਨਾਂ ਕਿਹਾ ਕਿ ਕਈ ਅਧਿਆਪਕਾਂ ਦੇ ਕੇਸ ਵਿੱਚ ਕਾਫ਼ੀ ਹੈਰਾਨੀਜਨਕ ਤੱਤ ਵੀ ਸਾਹਮਣੇ ਆਏ ਕਿ ਇੱਕੋ ਜਿਹੀ ਕੈਟਾਗਰੀ ਸਰਵਿਸ ਵਿੱਚ ਆਉਣ ਦੀ ਕੋਈ ਮਿਤੀ ਦੇ ਬਦਲੀ ਅਪਲਾਈ ਕਰਨ ਸਮੇਂ ਇੱਕੋ ਜਿਹਾ ਡਾਟਾ ਭਰਨ ਦੇ ਬਾਵਜੂਦ ਵਿਭਾਗ ਵੱਲੋਂ ਕਿਸੇ ਅਧਿਆਪਕ ਨੂੰ ਸਟੇਸ਼ਨ 'ਚੋਂ ਦਾ ਮੌਕਾ ਦਿੱਤਾ ਗਿਆ ਹੈ ਅਤੇ ਕਿਸੇ ਅਧਿਆਪਕ ਨੂੰ ਬਿਨਾਂ ਕੋਈ ਠੋਸ ਕਾਰਨ ਦੱਸਿਆ ਨਾ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦਾ ਡਾਟਾ ਤਾਂ ਵੱਡੇ ਪੱਧਰ 'ਤੇ ਮਿਸਮੈਚ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਇਸ ਲਾਪਰਵਾਹੀ ਨੇ ਇੱਕ ਵਾਰ ਫਿਰ ਤੋਂ ਹਜ਼ਾਰਾਂ ਅਧਿਆਪਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਬੇਹੱਦ ਪਰੇਸ਼ਾਨ ਕੀਤਾ। ਇਸ ਮੌਕੇ ਜਿਹੜੇ ਵੀ ਆਪਣੇ ਸਾਰੇ ਹਾਜ਼ਰ ਸੀਗੇ ਉਹਨਾਂ ਨੇ ਕਿਹਾ ਕਿ 26 ਅਗਸਤ ਤੱਕ ਦੀ ਤਰੀਕ ਵਧਾ ਕੇ 30 ਅਗਸਤ ਤੱਕ ਕਰਨ ਅਤੇ ਬਦਲੀਆਂ ਦੇ 54 ਅਧਿਆਪਕਾਂ ਦੇ ਡਾਟੇ ਵਿਚਲੀਆਂ ਖਾਮੀਆਂ ਨੂੰ ਦੂਰ ਕਰਕੇ ਸਾਰੇ ਯੋਗ ਅਧਿਆਪਕਾਂ ਨੂੰ ਪਹਿਲੇ ਗੇੜ ਦੀਆਂ ਬਦਲੀਆਂ ਵਿੱਚ ਤੁਰੰਤ ਮੌਕਾ ਦਿੱਤਾ ਜਾਵੇ। ਤਾਂ ਦੋਸਤੋ, ਇਹ ਸੀਗੀ ਇਹਨਾਂ ਸਾਰੀਆਂ ਭਰਤੀਆਂ ਦੀ ਅਪਡੇਟ, ਜਿਨ੍ਹਾਂ ਦੇ ਰਿਗਾਰਡਿੰਗ ਹੁਣ ਮੋਰਚਾ ਲੱਗਣ ਜਾ ਰਿਹਾ ਕਿ ਉਹ ਭਰਤੀਆਂ ਨਹੀਂ ਕਰ ਰਹੇ। ਸੋ ਜੇਕਰ ਤੁਸੀਂ ਭਰਤੀਆਂ ਵਾਲੇ ਹੋ ਤਾਂ ਜ਼ਰੂਰ ਦੱਸਣਾ ਤੁਹਾਡਾ ਸਟੇਸ਼ਨ ਕਿਹੜਾ ਅਤੇ ਤੁਸੀਂ ਕਿੱਥੇ ਲੈਣਾ ਚਾਹੁੰਦੇ ਹੋ, ਤਾਂ ਕਿ ਹੋ ਸਕਦਾ ਕੋਈ ਹੋਰ ਵੀ ਤੁਹਾਡੇ ਨਾਲ ਦਾ ਇੱਦਾਂ ਦੀ ਬਦਲੀ ਕਰਵਾਉਣਾ ਚੈਨ ਵਾਰ ਹੋਵੇ। ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ।